ट्रक दूर खड़ा अंकल कहने अंकल इनकी हॉर्न मारी बाद लास्ट भी आया बजी और सारा कच टुट गया सट्टा लगी कि बच्चे टक्कर बजी और सारा जो कच टुट गया सिर से भर गया गलती कहती ट्रक वाले ਤੁਸੀਂ ਬੱਸ ਵਿੱਚ ਜੀ ਹਾਂ ਅਸੀਂ ਉਧਰਲੇ ਸਾਈਡ ਬੈਠੇ ਜੇ ਪਰ ਉਧਰਲੇ ਸਾਈਡ ਹੋਇਆ ਸਾਡੇ ਮੂੰਹ ਤੇ ਵੱਜ ਗਿਆ ਸੀ ਠੀਕ ਹੈ ਹਾਂ ਬਹੁਤ ਸਪੀਡ ਸੀ ਬਹੁਤ ਜ਼ਿਆਦਾ ਸਪੀਡ ਸੀ ਮਤਲਬ ਅੰਕਲ ਦਾ ਕੰਡਕਟਰ ਦਾ ਡਰਾਈਵਰ ਅੰਕਲ ਦਾ ਬਚਾਅ ਹੋ ਗਿਆ ਤੇ ਉਹਨਾਂ ਨੂੰ ਬਹੁਤ ਸਤਾਇਆ ਅਸੀਂ ਆਉਂਦੇ ਸੀ ਟਰਮਾਲੇ ਰੋਡ ਤੋਂ ਜਦੋਂ ਚੌਂਕ ਅੱਧਾ ਲੰਘ ਗਏ ਆ ਉਦੋਂ ਟਿੱਪਰ ਵਾਲਾ ਰੋਣ ਸਾਈਡ ਆਉਂਦਿਆ ਸੀ ਪਰਲੀ ਸਾਈਡ ਉਹਨੇ ਜਾਣਾ ਸੀ ਉਰਲੀ ਸਾਈਡ ਆਉਂਦਿਆ ਸੀ ਉਹਨੇ ਆ ਕੇ ਅਸੀਂ ਹਾਰਨ ਵੀ ਦਿੱਤੇ ਆ ਤੇ ਤਾਂ ਵੀ ਨਹੀਂ ਉਹਨਾਂ ਕੋਲ ਕੰਟਰੋਲ ਹੋਇਆ ਆਊਟ ਸਾਈਡ ਆ ਗਏ ਉਹਨਾਂ ਨੇ ਬੱਸ ਦੇ ਵਿੱਚ ਟਿੱਪਰ ਮਾਰਿਆ ਜੀ ਇਹ ਜਿਹੜੇ ਕਿੱਧਰੋਂ ਆ ਰਿਹਾ ਸੀ ਜਿਹੜਾ ਟਿੱਪਰ ਇਹ ਆ ਰਿਹਾ ਸੀ ਬੇਗੋਵਾਲ ਵਾਲੀ ਸਾਈਡ ਤੋਂ ਗੜਕੇ ਨਾਲ ਲੱਦਿਆ ਹੋਇਆ ਸੀ ਤੇ ਅਸੀਂ ਚੌਂਕ ਅੱਧਾ ਲੰਘ ਚੱਲੇ ਸੀ ਤੇ ਵਿੱਚ ਆ ਕੇ ਰੋਡ ਸਾਈਡ ਵਿੱਚ ਸੈਂਟਰ ਦੇ ਵਿੱਚ ਆ ਕੇ ਮਾਰਿਆ ਜੀ ਉਹਨਾਂ ਨੇ ਤੇ ਕਾਫੀ ਦੂਰ ਤੱਕ ਬੱਸ ਘੜੀਸ ਕੇ ਅੱਗੇ ਲੈ ਗਏ ਆ ਜੀ ਜਦੋਂ ਹਾਦਸਾ ਵਾਪਰਿਆ ਬੱਸ 'ਚ ਜਿਹੜੇ ਬੱਚੇ ਕਿੰਨੇ ਸਵਾਰ ਸਨ ਬੱਚੇ ਹੋਣੇ ਆ ਜੀ ਸੱਤ ਜਾਣੇ ਆ ਜੀ ਕੰਟਰੋਲ ਕੀਤਾ ਜਾਵੇ ਰਾਤ ਦੇ ਦਿਨ ਜਿੱਦਾਂ ਮਰਜ਼ੀ ਚੱਲਣ ਕਿਉਂ ਸਵੇਰੇ ਇਹ ਨਾ ਉਹਨਾਂ ਨੂੰ ਕਿਸੇ ਨੂੰ ਸੈਡ ਦਿੰਦੇ ਮੋਟਰਸਾਈਕਲ ਵਾਲੇ ਨੂੰ ਗੱਡੀ ਵਾਲੇ ਨੂੰ ਕਿਸੇ ਨੂੰ ਸੈਡ ਨਹੀਂ ਦਿੰਦੇ ਆ ਜੀ ਇਹਨਾਂ ਦਾ ਦਿਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਰਾਤ ਨੂੰ ਜਿੱਦਾਂ ਮਰਜ਼ੀ ਆਪਣੇ ਟਿੱਪਰ ਚਲਾਉਣ ਜੋ ਮਰਜ਼ੀ ਕਰਨ ਕਿਉਂਕਿ ਦਿਨੇ ਰਾਤ ਨੂੰ ਟਪੈਕ ਘੱਟ ਹੁੰਦੀ ਹੈ ਜੀ ਜਿੱਦਾਂ ਮਰਜ਼ੀ ਆਪਣਾ ਰਾਤ ਨੂੰ ਕਰਨ ਅਤੇ ਇਹਨਾਂ ਦੇ ਦਿਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਜੀ ਇਹੋ ਹੀ ਸਾਡੀ ਬੇਨਤੀ ਹੈ ਜੀ ਰੋਡ ਸਾਈਡ ਆਉਂਦੇ ਆ ਜੀ ਸੈਂਟਰ ਦੇ ਵਿੱਚ ਆ ਕੇ ਇਹਨੇ ਟਿੱਪਰ ਮਾਰਿਆ ਜੀ ਅਸੀਂ ਹਾਰਨ ਵੀ ਕਾਫੀ ਦੂਰ ਤੋਂ ਦਿੰਦੇ ਆਉਂਦੇ ਹਾਂ ਕਿ ਸਾਨੂੰ ਇੰਨੀ ਕਾਹਲੀ ਨਹੀਂ ਹੁੰਦੀ ਆਪਾਂ ਆਪਣੇ ਹਿਸਾਬ ਨਾਲ ਚਲਾਈ ਦੇ ਕਿਉਂਕਿ ਬੱਚੇ ਆਪਣੇ ਕੋਲ ਹੁੰਦੇ ਆ ਜੀ ਆਪਾਂ ਵੱਧ ਤੋਂ ਵੱਧ 30-40 ਦੀ ਸਪੀਡ 'ਤੇ ਆਪਣੀ ਬੱਸ ਹੁੰਦੀ ਹੈ ਜੀ ਇਹ ਤੋਂ ਜ਼ਿਆਦਾ ਆਪਣੀ ਬੱਸ ਹੁੰਦੀ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਉਹ ਜਾਣਾ ਹੁੰਦਾ ਸਿੰਗਲ ਰੋਡ ਹੁੰਦੀ ਹੈ ਜੀ ਆਪਾਂ ਆਪਣੇ ਕੰਟਰੋਲ ਦੇ ਹਿਸਾਬ ਨਾਲ ਬੱਸ ਚਲਾਈ ਦੀ ਹੈ ਜੀ ਇਹ ਰੋਣ ਸਾਈਡ ਚੌਂਕ ਤੋਂ ਪਰਲੀ ਸਾਈਡ ਜਾਣਾ ਸੀ ਜੀ ਉਰਲੀ ਸਾਈਡ ਆ ਕੇ ਇਹਨੇ ਸੈਂਟਰ ਦੇ ਵਿੱਚ ਟਿੱਪਰ ਮਾਰਿਆ ਗੜਕੇ ਦਾ ਲੱਦਿਆ ਹੋਇਆ ਸੀ ਹਾਂਜੀ ਬੱਸ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਬੱਸ ਦਾ ਚਲੋ ਇੱਕ ਗਲਾਸ ਟੁੱਟਿਆ ਜੀ ਉਹਦਾ ਸ਼ੀਸ਼ਾ ਉਹ ਟੁੱਟਾ ਜੀ ਤਾਕੀ ਥੋੜ੍ਹੀ ਜਿਹੀ ਬੈਂਡ ਹੋਈ ਹੈ ਜੀ ਦੇਖੋ ਜੀ ਜਿਹੜਾ ਹਾਦਸਾ ਵਾਪਰਿਆ ਬਹੁਤ ਨਿੰਦਣਯੋਗ ਆ ਕਿਉਂਕਿ ਛੋਟੇ ਛੋਟੇ ਬੱਚੇ ਸੀਗੇ ਬੱਸ ਦੇ ਵਿੱਚ ਤੇ ਦੁੱਖ ਦੀ ਸਭ ਤੋਂ ਵੱਡੀ ਗੱਲ ਇਹ ਕਿ ਚੌਂਕ ਦੇ ਵਿੱਚ ਕੋਈ ਅੱਜ ਜਿਹੜਾ ਮੁਲਾਜ਼ਮ ਉਹ ਨਹੀਂ ਹੈਗਾ ਸੀ ਤੈਨਾਤ ਨਹੀਂ ਸੀਗਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਟਿੱਪਰ ਓਵਰਲੋਡ ਆ ਓਵਰਲੋਡ ਜਿਹੜੇ ਟਿੱਪਰ ਆ ਇਹਨਾਂ ਨੂੰ ਦਿਨ ਦੀ ਜਿਹੜੀ ਆ ਨੋਇੰਟਰੀ ਕੀਤੀ ਜਾਵੇ ਜਿੱਦਾਂ ਪਹਿਲਾਂ ਕੀਤੀ ਸੀਗੀ ਔਰ ਰਾਤ ਨੂੰ ਇਹਨਾਂ ਦੀ ਨੋਇੰਟਰੀ ਖੋਲੀ ਜਾਵੇ ਖਾਸ ਕਰਕੇ ਜਦੋਂ ਸਵੇਰੇ ਸਕੂਲ ਦਾ ਟਾਈਮ ਹੁੰਦਾ ਔਰ ਜਦੋਂ ਦੁਪਹਿਰੇ ਸਕੂਲ ਦਾ ਟਾਈਮ ਹੁੰਦਾ ਵਾ ਬੱਸਾਂ ਬਹੁਤ ਜ਼ਿਆਦਾ ਸਕੂਲ ਦੀਆਂ ਆਉਂਦੀਆਂ ਕਾਫੀ ਜ਼ਿਆਦਾ ਮਤਲਬ ਕਿ ਬੱਚੇ ਜਿਹੜੇ ਸਾਡੇ ਪਿੰਡਾਂ ਤੋਂ ਜਾਂਦੇ ਆ ਪੜ੍ਹਨ ਵਾਸਤੇ ਔਰ ਬੱਸਾਂ ਜਿਹੜੀਆਂ ਲੈ ਕੇ ਜਾਂਦੀਆਂ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਇਹ ਟਿੱਪਰ ਵਾ ਇਹ ਬਿਲਕੁਲ ਹੀ ਦਿਨੇ ਜਿਹੜੇ ਇਹਨਾਂ ਦੀ ਨੋਇੰਟਰੀ ਕੀਤੀ ਜਾਵੇ ਨਹੀਂ ਤੇ ਖਾਸ ਕਰਕੇ ਜਦੋਂ ਸਕੂਲ ਦਾ ਟਾਈਮ ਆ ਉਦੋਂ ਇਹਨਾਂ ਦੀ ਨੋਇੰਟਰੀ ਹੋਣੀ ਚਾਹੀਦੀ ਆ ਔਰ ਜੋ ਅੱਜ ਹਾਦਸਾ ਵਾਪਰਿਆ ਆ ਬਿਲਕੁਲ ਟਿੱਪਰ ਵਾਲੇ ਦੀ ਗਲਤੀ ਆ ਬੱਸ ਵਾਲਾ ਜਿਹੜਾ ਵਾ ਆਪਣੀ ਸਾਈਡ ਆ ਰਿਹਾ ਸੀਗਾ ਬਿਲਕੁਲ ਆਪਣੀ ਸਾਈਡ ਤੋਂ ਉਹਨੇ ਆਪਣਾ ਕ੍ਰੋਸ ਕਰਨਾ ਸੀਗਾ ਚੌਂਕ ਜਿਹੜਾ ਟਿੱਪਰ ਵਾਲਾ ਇਹ ਬੇਗਵਾਲ ਰੋਡ ਤੋਂ ਆ ਰਿਹਾ ਸੀਗਾ ਇਹਨੇ ਢਿਲਵਾਂ ਵਾਲੇ ਪਾਸੇ ਜਾ ਕੇ ਉਹਨੂੰ ਮਾਰਿਆ ਜਦਕਿ ਇਹਨੇ ਦੂਜੇ ਪਾਸੇ ਦੀ ਚੌਂਕ ਦੇ ਲੰਘਣਾ ਸੀ ਇਹ ਰੋਂਗ ਸਾਈਡ ਥਾਣੀ ਲੰਘਾਉਣ ਦੇ ਚੱਕਰ ਦੇ ਵਿੱਚ ਇਹਨੇ ਜਿਹੜਾ ਆਪਣਾ ਟਿੱਪਰ ਮਾਰਿਆ ਹੈ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਵੇਖੋ ਜੀ ਇਹੀ ਮੰਗ ਕਰਦੇ ਹਾਂ ਕਿ ਜੋ ਉਹਦਾ ਨੁਕਸਾਨ ਆ ਬੱਸ ਦਾ ਉਹ ਟਿੱਪਰ ਵਾਲਾ ਜਿਹੜਾ ਭਰਨ ਜੁਰਮਾਨਾ ਲੱਗਣਾ ਚਾਹੀਦਾ ਹੈ ਕਿਉਂਕਿ ਵੇਖੋ ਬੱਚਿਆਂ ਦਾ ਨੁਕਸਾਨ ਜਿਹੜਾ ਬਚਾਅ ਹੋ ਗਿਆ ਮਾਮੂਲੀ ਸੱਟਾਂ ਲੱਗੀਆਂ ਬੱਚਿਆਂ ਦੇ ਸਾਨੂੰ ਇਹ ਸੀਗਾ ਚਲੋ ਜਦੋਂ ਪਤਾ ਲੱਗਾ ਕਿ ਬੱਸ ਵੱਜ ਗਈ ਅਸੀਂ ਉਸੇ ਟਾਈਮ ਆਪਣੇ ਘਰੋਂ ਦੌੜੇ ਸਾਡਾ ਪਿੰਡ ਬਰਾਉਣ ਵਾਲਾ ਔਰ ਜਦੋਂ ਪਤਾ ਲੱਗਾ ਕਿ ਉੱਥੇ ਸਕੂਲ ਦਾ ਹਾਦਸਾ ਹੋ ਗਿਆ ਬੱਸ ਦਾ ਅਸੀਂ ਕੁਛ ਨਹੀਂ ਦੇਖਿਆ ਅਸੀਂ ਫਟਾਫਟ ਉੱਥੇ ਪਹੁੰਚੇ ਹਾਂ ਕਿ ਕੋਈ ਨਾ ਕੋਈ ਚਲੋ ਜੇ ਫਸਟ ਏਡ ਦੀ ਲੋੜ ਆ ਤਾਂ ਵੀ ਆਪਾਂ ਉੱਥੇ ਦੇ ਸਕੀਏ ਆਪਣੀਆਂ ਗੱਡੀਆਂ ਲੈ ਕੇ ਪਹੁੰਚ ਗਏ ਪਰ ਚਲੋ ਮਾਲਕ ਦੀ ਕਿਰਪਾ ਨਾਲ ਜਿਹੜੇ ਬੱਚੇ ਉਹਨਾਂ ਦਾ ਬਚਾਅ ਹੋਇਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਇੱਕ ਤਾਂ ਉੱਥੇ ਜਿਹੜਾ ਵਾ ਸਵੇਰੇ ਆਪਣਾ ਜਿਹੜਾ ਵਾ ਇੱਕ ਮੁਲਾਜ਼ਮ ਉਹ ਤੈਨਾਤ ਕੀਤਾ ਜਾਵੇ ਜਦੋਂ ਸਕੂਲ ਦਾ ਖਾਸ ਕਰਕੇ ਸਕੂਲ ਦਾ ਟਾਈਮ ਹੁੰਦਾ ਆ ਉਸ ਟਾਈਮ ਦੇ ਉੱਤੇ ਚੌਂਕ ਦੇ ਵਿੱਚ ਜ਼ਰੂਰ ਇੱਕ ਜਿਹੜਾ ਤੈਨਾਤ ਕੀਤਾ ਜਾਵੇ ਸਰ ਆਪਣਾ ਨਾ ਟੈਲੀਫੋਨ ਆਇਆ ਸੀਗਾ ਵੀ ਇੱਕ ਨਡਾਲਾ ਚੌਂਕ ਦੇ ਵਿੱਚ ਨਾ ਬੱਸ ਸਕੂਲ ਬੱਸ ਤੇ ਟਰੱਕ ਦਾ ਐਕਸੀਡੈਂਟ ਹੋਇਆ ਤੇ ਜਿੱਥੇ ਮੌਕੇ ਤੇ ਆਪਾਂ ਗਏ ਹਾਂ ਜੀ ਤੇ ਆਪਾਂ ਟਰੱਕ ਨੂੰ ਜਿਹੜਾ ਵਾ ਐਕਸੀਡੈਂਟ ਕਰਨ ਵਾਲੇ ਨੂੰ ਕਬਜ਼ੇ 'ਚ ਲਿਆ ਬੱਸ ਵੀ ਲੈਣ ਦੀ ਤੇ ਜਿਹੜੇ ਬੱਚੇ ਸੀਗੇ ਉਹ ਠੀਕ ਨੇ ਤੇ ਉਹਨਾਂ ਨੂੰ ਸਕੂਲ ਭੇਜ ਤਾ ਬਾਕੀ ਜੋ ਬਣਦੀ ਕਾਰਵਾਈ ਹੈ
ਕਰ ਦਾਂਗੇ ਠੀਕ ਹੈ ਕਾਰਵਾਈ ਕੀਤੀ ਗਈ ਹੁਣ ਤੱਕ ਇਹਨਾਂ ਨੂੰ ਲਿਆਂਦਾ ਹੈ ਠੀਕ ਹੈ ਜੀ ਜੋ ਕਾਰਵਾਈ ਹੋਏਗੀ ਉਹ ਕਰ ਦਾਂਗੇ।